9 ਸਾਲ ਦੀ ਤਾਰੀਖ ਨੂੰ ਕੋਈ ਵੀ ਮੇਕਰ ਨਜ਼ਰਅੰਦਾਜ਼ ਨਹੀਂ ਕਰ ਸਕਦਾ ਇਹ ਕੁਝ ਐਸੇ ਦਿਨ ਹੁੰਦੇ ਨੇ ਜਦ ਫਿਲਮ ਮੇਕਰਜ਼ ਦੀ ਕੋਸ਼ਿਸ਼ ਰਹਿੰਦੀ ਹੈ ਕਿ ਆਪਣੀਆਂ ਫਿਲਮਾਂ ਨੂੰ ਪਰਦੇ ਉਤੇ ਲੈ ਕੇ ਆਉਣ ਜਿਸ ਦੇ ਲਈ ਉਹ ਕਾਫੀ ਮਹੀਨੇ ਪਹਿਲਾਂ ਤੋਂ ਹੀ ਬੁਕਿੰਗ ਕਰ ਲੈਂਦੇ ਨੇ ਦੀਵਾਲੀ ਹੋਵੇ 크리스마스 ਦਾ ਮੌਕਾ ਹੋਵੇ ਜਾਂ ਨਵੇਂ ਸਾਲ ਦਾ ਦਿਨ ਹੋਵੇ ਇਹਨਾਂ ਦਿਨਾਂ 'ਚ ਬਹੁਤ ਸਾਰੀਆਂ ਫਿਲਮਾਂ ਦੀ ਐਗਜ਼ੀਬਿਸ਼ਨ ਮਲਟੀਪਲੈਕਸ ਸਿਨੇਮਾ 'ਚ ਲੱਗਦੀ ਹੈ ਹੁਣ ਇਸ ਲਿਸਟ ਦੇ ਵਿੱਚ ਸ਼ਾਹਿਦ ਕਪੂਰ ਦੀ ਫਿਲਮ ਜਰਸੀ ਦਾ ਨਾਮ ਵੀ ਜੁੜ ਗਿਆ ਜੋ 31 ਦਸੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਸ਼ਾਇਦ ਫਿਲਮ ਦੇ ਵਿੱਚ ਕ੍ਰਿਕਟਰ ਦਾ ਕਿਰਦਾਰ ਕਰਦੇ ਹੋਏ ਨਜ਼ਰ ਆਉਣਗੇ ਸਾਊਥ ਫਿਲਮ ਜਰਸੀ ਦਾ ਰੀਮੇਕ ਸ਼ਾਹਿਦ ਇਕਵਾਰ ਫੇਰ ਤੋਂ ਲੈ ਕੇ ਆ ਰਹੇ ਨੇ ਸ਼ਾਇਦ ਲਈ ਇਹ ਫਿਲਮ ਇਸ ਲਈ ਵੀ ਖਾਸ ਹੈ ਕਿਉਂਕਿ ਉਹਨਾਂ ਦੇ ਪਿਤਾ ਪੰਕਜ ਕਪੂਰ ਉਹਨਾਂ ਦੇ ਕੋਚ ਦਾ ਕਿਰਦਾਰ ਕਰਨਗੇ ਇਸ ਲਈ ਬਾਪ ਨੂੰ ਦੇਖਣਾ ਕਾਫੀ ਇੰਟਰਸਟਿੰਗ ਹੋਣ ਵਾਲਾ ਹੈ ਦੂਜੇ ਪਾਸੇ ਮਰੋਨਾਲ ਠਾਕੁਰ ਸ਼ਾਹੀਦ ਦੇ ਆਪੋਜ਼ਿਟ ਨਜ਼ਰ ਆਏਗੀ ਸੋ ਇੰਤਜ਼ਾਰ ਰਹੇਗਾ ਫਿਲਮ ਜਰਸੀ ਦਾਵੀ ਤੇ ਹੁਣ ਦੇਖਣਾ ਹੋਏਗਾ ਹੋਰ ਕਿਹੜੀਆਂ ਕਿਹੜੀਆਂ ਫਿਲਮਾਂ ਦਾ ਕਲੈਸ਼ ਇਸ ਦਿਨ ਹੁੰਦਾ ਹੈ